ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਸਾਡੀ ਟੀਮ ਸ਼ੇਪ ਕੈਮਸ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਦੀਵਾਲੀ ਹੈਪੀ ਦੀਵਾਲੀ ਸਾਰੇ ਇਕੱਠੇ ਇੱਕ ਵਾਰ ਹੋਰ ਹੈਪੀ ਦੀਵਾਲੀ ਹੈਪੀ ਦੀਵਾਲੀ ਵਾਇਗਰੂ ਕਰੇ ਇਹ ਦਿਨ ਇਹ ਰਾਤ ਤੁਹਾਡੇ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੇ ਪਟਾਖਿਆਂ ਤੋਂ ਬਚ ਕੇ ਪਟਾਕੇ ਚਲਾਓ ਥੋੜੇ ਬਹੁਤ ਚਲਾ ਲਓ ਤੇ ਪਟਾਖਿਆਂ ਤੋਂ ਬਚ ਕੇ ਉਹਦੇ ਧੂਏਂ ਤੋਂ ਬਚ ਕੇ ਤੇ ਸਾਨੂੰ ਇਹੀ ਹੈ ਕਿ ਤੁਹਾਡਾ ਸਾਰਾ ਪਰਿਵਾਰ ਖੁਸ਼ੀਆਂ ਮਾਣੇ ਤੇ ਤੁਸੀਂ ਸਾਰੇ ਖੁਸ਼ ਨੁਮਾ ਦੀਵਾਲੀ ਮਨਾਓ ਤੇ ਜਿਵੇਂ ਹੀ ਅਸੀਂ ਕਮੈਂਟਾਂ ਬਾਰੇ ਕਿਹਾ ਸੀ ਅਸੀਂ ਤੁਹਾਡੇ ਪਹਿਲੇ 30 ਕਮੈਂਟ ਬੋਲਾਂਗੇ ਸੀਰੀਜ਼ ਵਾਈਜ਼ ਅਸੀਂ ਇੱਕ ਕਮੈਂਟ ਬੋਲਣ ਜਾ ਰਹੇ ਹਾਂ ਸਭ ਤੋਂ ਸਟਾਰਟਿੰਗ ਚ ਮਾਤਾ ਬੋਲੂਗੀ ਜਸ ਸਿਮਰਨ ਸਿਮਨਪ੍ਰੀਤ ਦੀਨਾ ਦੀ ਅੰਕ ਤੋਂ ਫੇਰ ਐਂਡ ਤੋਂ ਇਹਨਾਂ ਦੀਨਾ ਨਹੀਂ ਮੈਂ ਬੋਲ ਦਿੰਨਾ ਜਸ ਸੁਮਨਪ੍ਰੀਤ ਕੌਰ ਇਸ ਤੋਂ ਬਾਅਦ ਜੋਤ ਢਾਲੀਵਾਲ ਮਾਇਕਪ੍ਰੀਤ ਲਕਵੇਂਦਰ ਸਿੰਘ ਸੁਖ ਗਿੱਲ ਸਮਰਜੀਤ ਕੌਰ ਰਣਜੀਤ ਸੇਖੋਂ ਕੁਲਵਿੰਦਰ ਕੌਰ ਮਨਜਿੰਦਰ ਕੌਰ ਮਿਸਟ੍ਰੈਨਡ ਮਿਸਿਸ ਦੋਸਾਂਜ ਹਰਮਿਤ ਕੌਰ ਪੂਨਮ ਕੌਰ ਮੁਹੰਮਦ ਅਰਸ਼ਦ ਬਹਾਲ ਸਿੰਘ ਰਾਜਰਾਣੀ ਰਣਜੋਤ ਸਿੰਘ ਅਮਨ ਬਰਾੜ ਸਤਨਾਮ ਕੌਰ ਪੂਜਾ ਤੇ ਹੰਸਖਾਂ ਹਰਜੋਤ ਸਿੰਘ ਕਿਰਨਵਾਲਾ ਜਸਵਿੰਦਰ ਕੌਰ ਜੀਵ ਗਰਗ ਤੇ ਰਣਜੀਤ ਕੌਰ ਹਾਂਜੀ ਲਾਸਟ ਦੇ ਹੈਗੇ ਨੇ ਕੁਲਜੀਤ ਕੌਰ ਤਲਵਿੰਦਰ ਕੌਰ ਸਿਮਰਨ ਸਿੰਘ ਆ ਸਿਮਰਨ ਸਿੰਘ ਦਾ ਥੋੜਾ ਜਿਹਾ ਸਾਡੇ ਵੱਲੋਂ ਸਪੈਸ਼ਲ ਧੰਨਵਾਦ ਹੈ ਇਹ ਸਿਮਰਨ ਸਿੰਘ ਦੀ ਸੀਗਾ ਉਹ ਕਮੈਂਟ ਜੋ ਵੀ ਇੱਕ ਕੁਲਜੀਤ कौर ਸਿਮਰਨ ਸਿੰਘ ਦਾ ਤਾਂ ਚਲੋ ਸਪੈਸ਼ਲ ਧੰਨਵਾਦ ਇਹਨੇ 30 ਵਾਲਾ ਕਮੈਂਟ ਇਹਦਾ ਸੀਗਾ ਤੇ ਆ ਕੁਲਜੀਤ कौर ਦਾ ਸਪੈਸ਼ਲ ਧੰਨਵਾਦ ਇਹਨੇ ਕਿਹਾ ਕਹਿੰਦੀ ਕਿਉਂ ਸ਼ਿਵਜੀ ਸਨ ਕਿਉਂ ਸ਼ੇਰ ਮਹਾਰਾਜ ਜੀ ਸਾਨੂੰ ਕਿਹੜਾ ਸ਼ੇਅਰ ਕਰਨ ਤੇ ਨੋਟ ਮਿਲਦੇ ਨੇ ਤੁਹਾਡੇ ਸ਼ੇਅਰ ਕਰਨ ਨਾਲ ਸਾਨੂੰ ਨੋਟ ਮਿਲਦੇ ਨੇ ਸਾਡੇ ਸਾਰਿਆਂ ਦੇ ਘਰ ਥੋਡੇ ਸ਼ੇਅਰ ਨਾਲ ਹੀ ਚੱਲਦੇ ਨੇ ਹੈਨਾ ਬਸ ਸ਼ੇਅਰ ਕਰਦੇ ਰਿਹਾ ਕਰੋ ਜੇ ਕੋਈ ਦਿੱਕਤ ਪਰੇਸ਼ਾਨੀ ਆ ਸ਼ੇਅਰ ਨਹੀਂ ਕਰਨਾ ਤਾਂ ਜੀ ਨੂੰ ਹੈ ਕਿ ਉਹ ਨਾ ਕਰਿਓ ਸਾਨੂੰ ਹੋਰ ਪਿਆਰ ਕਰਨ ਵਾਲੇ ਬਹੁਤ ਨਹੀਂ ਹਣਾ ਅਸੀਂ ਉਹਨਾਂ ਨੂੰ ਦਿਲੋਂ ਬਹੁਤ ਪਿਆਰ ਕਰਦੇ ਆ ਤੇ ਉਹ ਸਾਨੂੰ ਕਰਦੇ ਆ ਤੇ ਸ਼ੁਕਰੀਆ ਤੁਸੀਂ ਫੇਰ ਵੀ ਇੰਨਾ ਲਿਖਣ ਦਾ ਕਸ਼ਟ ਕੀਤਾ ਜੇ ਤੁਸੀਂ ਇਹਦੇ ਵਜੇ ਸਾਨੂੰ ਥੋੜਾ ਜਿਹਾ ਐਪਰੀਸ਼ੀਏਟ ਕਰ ਦਿੰਦੇ ਸਾਨੂੰ ਜਾਦੇ ਖੁਸ਼ੀ ਹੋਣੀ ਸੀ ਵੈਸੇ ਅਸੀਂ ਤਾਂ ਸਾਡੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਕਰਦੇ ਆ ਅਸੀਂ ਕਿਸੇ 'ਚ ਫਰਕ ਨਹੀਂ ਰੱਖਦੇ ਤੁਹਾਡੀ ਸੋਚ ਹੈ ਜਿਵੇਂ ਤੁਸੀਂ ਕਮੈਂਟ ਕਰਦੇ ਆ ਤੁਹਾਡੀ ਮਰਜ਼ੀ ਸਾਨੂੰ ਉਹ ਵੀ ਸਵੀਕਾਰ ਕਰਦੇ ਆ ਅਸੀਂ ਤੁਹਾਡੇ ਕਮੈਂਟ ਨੇ ਚਲ ਕਰੋ ਜਿਵੇਂ ਤੁਹਾਡੀ ਮਰਜ਼ੀ ਹੈ ਨਕੀਤ ਹੈਪੀ ਦਿਵਾਲੀ ਹੈਪੀ ਦਿਵਾਲੀ ਬਾਈ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਸਾਡੀ ਸਾਰੀ ਹੀ ਟੀਮ ਵੱਲੋਂ ਜਿਉਂ ਨੇ ਵਸਦੇ ਰਹੋ ਲਵ ਯੂ ਟਰਾਲੀ ਭਰ ਕੇ ਤੇ ਇੱਕ ਇਨਫੋਰਮੇਸ਼ਨ ਹੋਰ ਦੇਣੀ ਆ ਸਾਡੀ ਨਵੀਂ ਸੀਰੀਜ਼ ਆ ਰਹੀ ਆ ਤੇ ਉਹ ਮਤਲਬ ਕਿ ਦਿਵਾਲੀ ਤੋਂ ਬਾਅਦ ਹੀ ਆਪਾਂ ਸ਼ੁਰੂ ਕਰ ਦਾਂਗੇ ਦਿਵਾਲੀ ਆਪਣੀ ਹੈਗੀ ਆ 31st ਦੀ ਤੇ ਡੇਟ ਮੈਂ ਤੁਹਾਨੂੰ ਕਮਿਊਨਿਟੀ ਪਾ ਕੇ ਮੈਂਸ਼ਨ ਕਰ ਦੂੰਗਾ ਤੇ ਉਮੀਦ ਆ ਸਾਨੂੰ ਤੁਸੀਂ ਪਿਆਰ ਦੇਵੋਗੇ ਤੇ ਉਹਦੇ ਇੱਕ ਵੀਕ ਦੇ ਵਿੱਚ ਅਪਰੋਕਸ ਤਿੰਨ ਐਪੀਸੋਡ ਤਾਂ ਆਉਣਗੇ ਆਉਣਗੇ ਨਹੀਂ ਦੋ ਤਾਂ ਪੱਕੀ ਨੇ ਤੇ ਸ਼ੁਕਰੀਆ ਇੰਨਾ ਪਿਆਰ ਦੇਣ ਦੇ ਲਈ ਧੰਨਵਾਦ ਸਸੀਕਾਰ ਸਸੀਕਾਰ